ਪੰਜਾਬੀ ਗਵਨਾਮ ਦੇ ਵਿੱਚ ਵੱਡੀ ਖਬਰ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਰਜਕਾਰੀ ਪ੍ਰਧਾਨਾਂ ਨੂੰ ਵੀ ਨਵੀਂ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਸਿੱਧੂ ਨੇ ਕਾਰਜਕਾਰੀ ਪ੍ਰਧਾਨਾਂ ਨੂੰ ਮਾਲਵਾ, ਮਾਝਾ, ਦੁਆਬਾ ਖੇਤਰਾਂ ਦੇ ਵੱਖ-ਵੱਖ ਜ਼ਿੰਮਾ ਸੌਂਪੇ ਆ, ਜਿਸ ਦੇ ਤਹਿਤ ਕਾਂਗਰਸ ਪ੍ਰਧਾਨਾਂ ਵੱਲੋਂ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਨੂੰ ਮਾਝਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸੰਗਤ ਸਿੰਘ ਗਿਲਜੀਆਂ ਨੂੰ ਦੁਆਬਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਕੜੀ ਦੇ ਵਿੱਚ ਕੁਲਜੀਤ ਸਿੰਘ ਨਾਗਰਾ ਤੇ ਪਵਨ ਗੋਇਲ ਨੂੰ ਮਾਲਵਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਾਲਵਾ ਖੇਤਰ ਕਾਫੀ ਵੱਡਾ ਅਤੇ ਪੰਜਾਬ ਦੇ ਸਭ ਤੋਂ ਜ਼ਿਆਦਾ ਵਿਧਾਨ ਸਭਾ ਖੇਤਰ ਮਾਲਵਾ ਹਲਕੇ ਵਿੱਚ ਮਾਲਵਾ ਖੇਤਰ ਵਿੱਚ ਆਉਂਦੇ ਨੇ। ਉਧਰ ਪੰਜਾਬ ਸਰਕਾਰ ਦੇ ਕਾਂਗਰਸ ਦੇ ਪੱਧਰ ਤੇ ਬਦਲੇ ਸੀਮੀਕਰਨਾਂ ਨਾਲ ਮੰਤਰੀ ਮੰਡਲ ਵਿੱਚ ਫੇਰ ਬਦਲ ਦੇ ਸ਼ੱਕ ਦੇ ਬਾਦਲ ਮੰਡਰਾਉਣ ਲੱਗ ਪਏ ਨੇ। ਚੋਣਾਂ 'ਚ ਕੁਝ ਮਹੀਨੇ ਦਾ ਸਮਾਂ ਰਹਿਣ ਤੋਂ ਪਹਿਲਾਂ ਨੇਤਾਵਾਂ ਦੀ ਨਾਰਾਜ਼ਗੀ ਜੋਖਮ ਦਾ ਸਬੱਬ ਬਣ ਸਕਦੀ ਹੈ। ਇਸ ਲਈ ਹਾਈਕਮਾਨ ਵੀ ਫਿਲਹਾਲ ਕਿਸੇ ਵੀ ਬਦਲਾਅ ਦੇ ਪੱਖ ਵਿੱਚ ਨਹੀਂ ਹੈ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਇਹ ਸਿਰਫ ਭਰਮ ਫੈਲਾਇਆ ਜਾ ਰਿਹਾ ਕਿ ਇਸ ਨੂੰ ਜਾਂ ਉਸ ਨੂੰ ਕੱਢਿਆ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਖੁਦ ਭਰੋਸਾ ਦਵਾਇਆ ਕਿ ਕਿਸੇ ਖਿਲਾਫ ਬਦਲੇ ਦੀ ਕਾਰਵਾਈ ਨਹੀਂ ਹੋ ਰਹੀ ਹੈ। ਜੇਕਰ ਕਿਸੇ ਨੂੰ ਅਜਿਹਾ ਲੱਗਦਾ ਤਾਂ ਉਹ ਸਿੱਧਾ ਮੁੱਖ ਮੰਤਰੀ ਦੇ ਨਾਲ ਸੰਪਰਕ ਕਰ ਸਕਦਾ। ਸ਼ਨੀਵਾਰ ਸ਼ਾਮ ਅੰਮ੍ਰਿਤਸਰ ਵਿੱਚ ਇੱਕ ਵਿਅਕਤੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲ ਜੁੱਤੀ ਸਿੱਟ ਦਿੱਤੀ। ਇਹ ਘਟਨਾ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਫਤਿਹਗੜ੍ਹ ਚੂੜੀਆਂ ਰੋਡ ਤੇ ਇੱਕ ਰਿਜ਼ੋਰਟ ਵਿੱਚ ਵਾਪਰੀ। ਇਸ ਘਟਨਾ ਤੋਂ ਬਾਅਦ ਕੁਝ ਸਮੇਂ ਲਈ ਅਫੜਾ ਤਫੜੀ ਦਾ ਮਾਹੌਲ ਬਣ ਗਿਆ। ਹਾਲਾਂਕਿ ਜੁੱਤੀ ਸੁੱਟਣ ਵਾਲਾ ਵਿਅਕਤੀ ਸਟੇਜ ਤੋਂ ਬਹੁਤ ਦੂਰ ਸੀ ਤੇ ਸੁੱਟਿਆ ਜੁੱਤਾ ਸੁਖਵੀਰ ਸਿੰਘ ਤੱਕ ਨਹੀਂ ਪਹੁੰਚ ਸਕਿਆ। ਮੌਕੇ ਤੇ ਮੌਜੂਦ ਪੁਲਿਸ ਨੇ ਉਸ ਵਿਅਕਤੀ ਨੂੰ ਫੜ ਲਿੱਤਾ ਤੇ ਬਾਹਰ ਲੈ ਗਏ। ਭਾਜਪਾ ਤੋਂ ਕੱਢੇ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਅੰਮ੍ਰਿਤਸਰ ਵਿੱਚ ਅਨਿਲ ਜੋਸ਼ੀ ਦਾ ਇਹ ਪਹਿਲਾ ਪ੍ਰੋਗਰਾਮ ਸੀ ਅਤੇ ਇਸ ਨੂੰ ਉਸਦੀ ਤਾਕਤ ਦਾ ਪ੍ਰਦਰਸ਼ਨ ਮੰਨਿਆ ਜਾ ਰਿਹਾ ਸੀ। ਜੋਸ਼ੀ ਨੇ ਇਹ ਪ੍ਰੋਗਰਾਮ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ਵਿੱਚ ਰੱਖਿਆ ਸੀ, ਜਿੱਥੇ ਉਹ ਭਾਜਪਾ ਦੀ ਟਿਕਟ ਤੇ ਦੋ ਵਾਰ ਵਿਧਾਇਕ ਰਹੇ ਨੇ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਨਿਲ ਜੋਸ਼ੀ ਕਾਂਗਰਸ ਦੇ ਸੁਨੀਲ ਦੱਤੀ ਤੋਂ ਹਾਰ ਗਏ ਸਨ। ਕੁਝ ਸਮੇਂ ਪਹਿਲਾਂ ਅਨਿਲ ਜੋਸ਼ੀ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਦੀ ਵਕਾਲਤ ਕੀਤੀ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਉਸ ਤੋਂ ਬਾਅਦ ਅਨਿਲ ਜੋਸ਼ੀ ਪਿਛਲੇ ਹਫ਼ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਮੱਧ ਤੇ ਪੱਛਮੀ ਭਾਰਤ 'ਚ ਬਾਰਿਸ਼ ਦੀ ਕਮੀ ਤੋਂ ਬਾਅਦ 29 ਅਗਸਤ ਤੋਂ ਬਾਅਦ ਫੇਰ ਮੌਨਸੂਨ ਦੀਆਂ ਗਤੀਵਿਧੀਆਂ ਤੇਜ਼ ਹੋਣ ਦੇ ਆਸਾਰ ਨੇ। ਅੱਜ ਅੰਡੇਮਾਨ ਨਿਕੋਬਾਰ, ਆਂਧਰਾ ਪ੍ਰਦੇਸ਼, ਤਮਿਲਨਾਡੂ, ਕੇਰਲ, ਦੱਖਣੀ ਆਂਤਰਿਕ ਕਰਨਾਟਕ, ਤੱਟੀ ਕਰਨਾਟਕ, ਉਪ ਹਿਮਾਲਿਆ, ਪੱਛਮੀ ਬੰਗਾਲ, ਸਿੱਕਮ, ਬਿਹਾਰ ਦੇ ਕੁਝ ਹਿੱਸੇ, ਅਰੁਣਾਚਲ ਪ੍ਰਦੇਸ਼, ਉੜੀਸਾ ਦੇ ਕੁਝ ਹਿੱਸਿਆਂ, ਝਾਰਖੰਡ, ਪੂਰਬੀ ਉੱਤਰ ਪ੍ਰਦੇਸ਼ ਦੇ ਵਿੱਚ ਹਲਕੀ ਤੇ ਮੱਧ ਬਾਰਿਸ਼ ਦੇ ਨਾਲ ਕੁਝ ਸਥਾਨਾਂ ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉਧਰ ਦਿੱਲੀ ਤੇ ਗੁਜਰਾਤ ਵਿੱਚ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ। ਪੰਜਾਬ ਤੇ ਹਰਿਆਣਾ, ਪੂਰਬੀ ਦੇ ਦੱਖਣੀ ਪੂਰਬ ਰਾਜਸਥਾਨ, ਉੱਤਰੀ ਕਰਨਾਟਕ ਦੇ ਕੁਝ ਹਿੱਸਿਆਂ ਵਿੱਚ ਵੀ ਹਲਕੀ ਤੇ ਮੱਧ ਬਾਰਿਸ਼ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਦੱਖਣੀ ਪ੍ਰਾਇਦੀਪ ਤੇ 30 ਅਗਸਤ ਤੱਕ ਬਾਰਿਸ਼ ਤੇ ਤੇਜ਼ੀ ਆਵੇਗੀ। ਇਸ ਤੋਂ ਬਾਅਦ ਇਸ ਦੇ ਘੱਟ ਹੋਣ ਦੀ ਸੰਭਾਵਨਾ। ਅਗਲੇ 4 ਦਿਨਾਂ ਤੱਕ ਪੱਛਮੀ ਮੱਧ ਬੰਗਾਲ ਦੀ ਖਾੜੀ ਦੇ ਨਾਲ ਲੱਗਦੇ ਉੱਤਰ ਪੱਛਮੀ ਭਾਰਤ ਤੇ ਘੱਟ ਦਬਾਅ ਦਾ ਖੇਤਰ ਬਣੇਗਾ। ਮੌਸਮ ਵਿਭਾਗ ਨੇ ਕਿਹਾ ਕਿ ਉੱਤਰਾਖੰਡ ਦੇ ਕੁਝ ਸਥਾਨਾਂ ਤੇ ਅਗਲੇ 24 ਘੰਟਿਆਂ ਵਿੱਚ ਬਾਰਿਸ਼ ਹੋ ਸਕਦੀ ਹੈ, ਜਦਕਿ ਕੁਝ ਸਥਾਨਾਂ ਤੇ ਅਗਲੇ 5 ਦਿਨਾਂ ਤੱਕ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ। ਉੱਤਰ ਪੱਛਮੀ ਭਾਰਤ 'ਚ ਹਲਕੀ ਤੇ ਮੱਧ ਦਰਜੇ ਦੀ ਬਾਰਿਸ਼ 28 ਅਗਸਤ ਤੋਂ 31 ਅਗਸਤ ਤੱਕ ਹੋਵੇਗੀ। IMD ਨੇ ਕਿਹਾ ਕਿ ਉੜੀਸਾ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ 'ਚ 28 ਅਗਸਤ ਤੋਂ 1 ਸਤੰਬਰ ਦੇ ਵਿੱਚ ਕੁਝ ਸਥਾਨਾਂ ਤੇ ਭਾਰੀ ਬਾਰਿਸ਼ ਹੋਵੇਗੀ ਅਤੇ ਕੁਝ ਸਥਾਨਾਂ ਤੇ ਮੱਧ ਦਰਜੇ ਦੀ ਬਾਰਿਸ਼ ਹੋਵੇਗੀ। ਉੱਤਰ ਪੂਰਬੀ ਭਾਰਤ ਦੇ ਅਗਲੇ 24 ਘੰਟਿਆਂ 'ਚ ਮੱਧ ਦਰਜੇ ਤੋਂ ਭਾਰੀ ਬਾਰਿਸ਼ ਹੋਵੇਗੀ ਅਤੇ ਫਿਰ ਉਸ ਤੋਂ ਬਾਅਦ ਬਾਰਿਸ਼ ਦੇ ਅੰਦਰ ਗਿਰਾਵਟ ਆ ਜਾਵੇਗੀ। ਤੁਹਾਨੂੰ ਦੱਸੀਏ ਕਿ 1 ਸਤੰਬਰ ਤੋਂ ਕੀ ਕੁਛ ਬਦਲਣ ਵਾਲਾ। ਪੰਜਾਬ ਨੈਸ਼ਨਲ ਬੈਂਕ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕਾਂ ਵਿੱਚੋਂ ਇੱਕ ਆ। ਬਚਤ ਖਾਤਿਆਂ ਵਿੱਚ ਜਮ੍ਹਾਂ ਰਕਮ ਤੇ ਵਿਆਜ ਦਰਾਂ ਵਿੱਚ ਕਟੌਤੀ ਕਰ ਰਿਹਾ। ਇਹ ਕਟੌਤੀ 1 ਸਤੰਬਰ 2021 ਤੋਂ ਲਾਗੂ ਹੋਵੇਗੀ। ਬੈਂਕ ਦੀ ਅਧਿਕਾਰਿਕ ਵੈਬਸਾਈਟ ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਬੈਂਕ ਦੀ ਨਵੇਂ ਵਿਆਜ ਦਰ 2.90% ਸਾਲਾਨਾ ਹੋਵੇਗੀ। ਨਵੇਂ ਵਿਆਜ ਦਰ PNB ਦੇ ਮੌਜੂਦਾ ਅਤੇ ਨਵੇਂ ਬਚਤ ਖਾਤਿਆਂ ਉੱਤੇ ਲਾਗੂ ਹੋਵੇਗੀ। ਮੌਜੂਦਾ ਗਾਹਕਾਂ ਨੂੰ PNB ਬਚਤ ਖਾਤੇ ਤੇ 3% ਸਾਲਾਨਾ ਵਿਆਜ ਮਿਲਦਾ। ਕਈ LPG ਸਿਲੰਡਰ ਦੇ ਦਰਾਂ
हर 15 दिन सोधी जाते हैं। 1 सितंबर को तेल कंपनियां इस रेट की समीक्षा करनगियां। जुलाई ते अगस्त में तेल कंपनियां ने घरेलू रसोई गैस की कीमत 25-25 रुपये वधा दित्ती सी। चैक कटण तों पहलां इन्हां गल्लां दा ख्याल रखो। RBI ने 1 जनवरी 2020 तों चैक जारी करन दे नवे दिशा निर्देश जारी कर दिते ने। नवे नियम बनाए गए ने जिन्हां विच ज्यादातर बैंकां ने RBI पॉजिटिव पे सिस्टम नूं अपना लिता है ते हुण 1 सितंबर तों एक्सिस बैंक इत्थे इह नियम लागू कर रहा है, जिस दे तहत ग्राहकां नूं वड्डी रकम दा चैक जारी करन तों पहला बैंक नूं सूचित करना होवेगा। इह चैक धोखाधड़ी रोकण दे दिशा निर्देशां विच इक वड्डा कदम है। बैंक ने अपने ग्राहकां लई इस बारे विशेष जानकारी देनी भी शुरू कर दित्ती है। PF अकाउंट च नहीं कीता इह काम तां तुहानूं वड्डा नुकसान होवेगा। EPFO ने कहा है कि 31 अगस्त तक जेकर PF खाता धारक अपने UAN नूं आधार नाल नहीं जोड़दे तां उहनां दा मालक PF खाते विच मासिक योगदान पा सकेगा अते ना ही कर्मचारी अपना PF खाता चला सकेगा। दस दिए कि EPFO ने 1 जून 2021 नूं एक नवा नियम बनाया जिस दे तहत हरेक कर्मचारी नूं यूनिवर्सल अकाउंट नंबर नूं आधार नाल लिंक करना लाजमी है। बाद विच इस दी तारीक बदल के 31 अगस्त कर दित्ती गई सी। निजी वित्ती माहर अते CA मनीष कुमार गुप्ता अनुसार 1 सितंबर तों कर्मचारियां दा PF कट्टिया जाएगा पर मालकां दा योगदान सिर्फ उन्हां कर्मचारियां लई जमा कीता जाएगा जिन्हां ने PF खाते नूं आधार नाल जोड़िया। अजिही स्थिति विच कर्मचारियां दे डिपॉजिट लिंक्स इंश्योरेंस भाव कर्मचारियां दी EDLI दी प्रीमियर भी जमा नहीं हो सकेगी। औकत व्यक्ति भी बीमा कवर तों बाहर हो जाएगा। दस दिए कि EDLI अधीन PF खाता इंश्योर्ड रहिंदा अते इसे कर्मचारियां नूं दुर्घटना दी स्थिति विच वध तों वध 7 लाख रुपए तक दा बीमा कवर उपलब्ध है। भारतीय रेल स्पेशल पूजा ट्रेना चलान जारी है। भारतीय रेलवे कुछ नवी गड्डियां दा ऐलान कर सकदी है जो यात्रियों नूं आउण जाण दी सहूलत देवेगा। इस लई कुछ विशेष ट्रेना दी आवाजाई वधा सकदे ने ते कुछ पूजा स्पेशल ट्रेना मंग दे अनुसार चलाईयां जा सकदियां ने। जे GST रिटर्न 2 महीने तों नहीं भरी तां GSTN ने कहा है कि जिन्हां कारोबारी ने पिछले 2 महीनों तों GSTR 3B दाखल नहीं कीती 1 सितंबर तों GSTBR 1 विच बाहर जाण वाली सप्लाई दे वेरवे नहीं भर सकणगे जिथे कंपनी ने अगले महीने दे 11वें दिन 1 महीने लई GSTR 1 दाखल कर दियां ने। GSTR 3B अगले महीने दे 20 ते 24वें दिन क्रमवार तरीके नाल कीता जा सकदा है। कारोबारी इकाई GSTR 3B राही टैक्स अदा कर दियां ने।